एकता टीवी विच आप जी का स्वागत है। अज जलंधर के प्रेस क्लब विखे तालमेल कमेटी की रेवन्यू पटवार यूनियन पंजाब रजिस्टर्ड दी रेवन्यू कानगो एसोसीएशन रजिस्टर्ड पंजाब वालों एक प्रेस कानफ्रेंस पंजाब के कन्वीनर रुपिंदर सिंह गरेवाल हरवीर सिंह ढींढदा की अगवाई में की गई, जिस विच उन्होंने अपनी समस्यावां नूं लै के अज प्रेस कॉन्फ्रेंस की और सुनदे हां की है। ਰੈਵਨਿਊ ਡਿਪਾਰਟਮੈਂਟ ਦੇ ਸਰਕਲ ਰੈਵਨਿਊ ਅਫਸਰ ਦੀ ਪੋਸਟ ਬਣ ਗਈ ਆ। ਜਿਹੜਾ ਤੇ ਅੱਗੇ ਤੋਂ ਜਿਹੜੇ ਇਹ ਇਲੈਕਟ ਤੌਰ ਤੇ ਭਰਤੀ ਕਰਦੇ ਨੇ ਉਹ ਸਾਥੀ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ, ਕਿਉਂਕਿ ਪਰਿਵਾਰੀ ਦੀ ਗਿਰ ਸਾਹ ਦੀ ਟ੍ਰੇਨਿੰਗ ਆ। ਇੱਕ ਬੰਦਾ 3 ਮਹੀਨੇ ਦੀ ਟ੍ਰੇਨਿੰਗ ਲੈ ਕੇ ਰੈਵਨਿਊ ਦੀ ਰੈਵਨਿਊ ਮਾਸਟਰ ਨਹੀਂ ਬਣ ਸਕਦਾ। ਸਾਡੇ ਕੋਲ ਐਸੇ ਕੇਸ ਨੇ ਕਿ ਡਾਇਰੈਕਟ ਭਰਤੀ ਜਾਂ ਸੈਕਟਰੀਏਟ ਦੇ ਵਿੱਚੋਂ ਭਰਤੀ ਰੈਵਨਿਊ ਅਫੀਸਰ ਦੇ ਨੂੰ ਕੋਈ ਮੌਕੇ ਦੇ ਕੋਈ ਗਰਾਬਰੀ ਦਾ ਜਾਂ ਕਿਸੇ ਫਸਲ ਦਾ ਮੌਕਾ ਲਿਖ ਜਾਂਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਖੇਤ ਦੇ ਵਿੱਚ ਕਣਕ ਬੀਜੀ ਹੈ ਜਾਂ ਜੌ ਬੀਜੀ ਹੈ। ਜਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਤਜਰਬਾ ਹੀ ਹੈਗਾ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹਰ ਮੁਲਾਜ਼ਮ ਨੂੰ ਤਰੱਕੀ ਦੇ ਮੌਕੇ ਜਿਹੜੇ ਨੇ 3 ਸਟੈਪ ਕੋਰਟ ਵੀ ਕਹਿੰਦੀ ਆ, ਇਸ ਕਰਕੇ ਅਸੀਂ ਇਹ ਵੀ ਮੰਗ ਕਰਦੇ ਹਾਂ ਸਾਡੀ ਜਿਹੜੀ ਪਟਵਾਰੀ ਤੋਂ ਕਾਨੂੰਨ 100% ਪੋਸਟਿੰਗ ਜਿਹੜੀ ਸਾਡੀ ਬਾਏ ਪ੍ਰਮੋਸ਼ਨ ਹੁੰਦੀ ਆ, ਉਸੇ ਤਰ੍ਹਾਂ ਕਾਨੂੰਨ ਤੋਂ ਲੈਫਟ ਸੀ ਦਾ ਵਾਸਤੇ 100% ਪ੍ਰਮੋਸ਼ਨ ਕਾਨੂੰਨ ਦੇ ਵਿੱਚ ਆਉਂਦੀ। ਦੇਖੋ ਜੀ, ਸਰਕਾਰ ਸਾਡੇ ਨਾਲ 4.5 ਸਾਲ ਤੋਂ ਇਹ ਸਰਕਾਰ ਹੋਣੀ ਚਾਹੀਦੀ ਆ। ਸਾਡੇ ਜ਼ਿਆਦਾਤਰ ਮਸਲੇ ਨੂੰ 16 ਤੋਂ ਪੈਣੀ ਚੱਲਿਆ, ਅਸੀਂ ਹੁਣ ਸਰਕਾਰ ਦਾ ਵੱਧ ਕੰਮ ਕਰਦੇ ਜੋ ਸਾਡਾ ਡਿਮਾਂਡ ਚੱਕਰ ਆ। ਜਦ ਤੱਕ ਸਾਰੀਆਂ ਮੰਗਾਂ ਨੋਟੀਫਾਈ ਹੁੰਦੀਆਂ ਸਾਡੇ ਹੱਥ 'ਚ ਆਉਂਦੇ ਆ, ਔਰ ਸਰਕਾਰ ਸਾਨੂੰ ਜਿਹੜਾ ਵੱਧ ਤੋਂ ਵੱਧ ਕਰਾ ਰਹੀ ਆ, ਸਾਨੂੰ ਜਿਹੜਾ ਬਣਦਾ ਫਿਰ ਤੁਹਾਨੂੰ ਨਹੀਂ ਦਿੰਦੀ, ਉਹਨਾਂ 'ਚ ਕੰਮ ਬੰਦ ਰਹੂਗਾ। ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚ ਪੂਰੀ ਤਿਆਰੀ ਨਾਲ ਸਾਡੇ ਕਿਸਾਨ ਭਰਾ ਲੜ ਰਹੇ ਨੇ, ਅਸੀਂ ਵੀ ਪੂਰੀ ਤਿਆਰੀ ਨਾਲ ਆਰ ਪਾਰ ਦੀ ਲੜਾਈ ਸ਼ੁਰੂ ਕੀਤੀ ਆ। ਅਸੀਂ ਕੋਈ ਸਟ੍ਰਾਈਕ ਨਹੀਂ ਕਰ ਰਹੇ, ਅਸੀਂ ਕਣਕ ਦਾ ਕੰਮ ਕਰਾਂਗੇ, ਚਾਹੇ ਸਾਡੇ ਇਹ ਸਰਕਲ 1 ਸਾਲ ਰੋਲ ਰਹਿਣ, ਅਸੀਂ 1 ਸਾਲ ਨੂੰ ਬਿਲਕੁਲ ਕੰਮ ਨਹੀਂ ਕਰਾਂਗੇ। ਸਾਡੇ 2 ਤਰ੍ਹਾਂ ਦੀ ਗੱਲ ਆ, ਸਾਡੇ ਕਈ ਵਾਰ ਜ਼ਿਲ੍ਹਾ ਲੈਵਲ ਤੇ ਜਿਹੜੇ ਡੀਸੀ ਲੈਵਲ ਦੇ ਕੰਮ ਹੁੰਦੇ, ਕਈ ਵਾਰ ਪ੍ਰਸ਼ਾਸਨ ਨਹੀਂ ਸੁਣਦਾ, ਉਹਦੇ ਵਿੱਚ ਸਾਡੇ ਕਈ ਜਿਹਨਾਂ ਨੇ ਸਾਨੂੰ ਛੱਡੇ ਸੀ ਉਹ ਡੀਸੀ ਨੇ ਸਪਸ਼ਟ ਕਰਨਾ ਉਹਨੂੰ ਵਾਪਸ, ਪਰ ਅੱਜ ਜਿਹੜਾ ਫੈਸਲਾ ਇਹ ਵੀ ਰੈਵਨਿਊ ਰਾਜਨੀ ਔਰ ਰੈਵਨਿਊ ਕਾਰਪੋਰੇਸ਼ਨ ਪੰਜਾਬ ਨੂੰ ਸਾਂਝੇ ਤੌਰ ਤੇ ਲਿਆ ਗਿਆ, ਔਰ ਸਾਡੀਆਂ ਸਾਰੀਆਂ ਹੀ ਮੰਗਾਂ ਪੰਜਾਬ ਸਰਕਾਰ ਦੇ ਨਾਲ ਸੰਬੰਧ ਰਹੇ, ਔਰ ਜ਼ਿਆਦਾਤਰ ਸਾਡੀਆਂ ਮੰਗਾਂ ਫਾਰਸ ਡਿਪਾਰਟਮੈਂਟ ਨਾਲ ਸੰਬੰਧਿਤ, ਸਾਡਾ ਖੁਦ ਦਾ ਡਿਪਾਰਟਮੈਂਟ ਕਿਸਾਨਾਂ ਸਹਿਮਤ ਦਾ ਮੂਲ ਕਰੋ, ਔਰ ਜਦ ਤੱਕ ਫਾਰਸ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਸਾਡੀਆਂ ਹੱਕੀ ਮੰਗਾਂ ਲਾਗੂ ਕਰਕੇ ਬਣਦਾ ਮਿਹਨਤ ਨਾਲ ਵੱਧ ਸਰਕਾਰ ਨਾਲ ਨਹੀਂ ਗੱਲ ਕਰਦੀ, ਅਸੀਂ ਵੱਧ ਤੋਂ ਵੱਧ ਬਿਲਕੁਲ ਨਹੀਂ ਕਰਾਂਗੇ, ਔਰ ਅਸੀਂ 3000 ਪਰਿਵਾਰੀ ਦੀ ਭਰਤੀ ਕਰਾਏ ਹੋਣਾ ਬਿਲਕੁਲ ਕੰਮ ਦੇ ਵਾਸਤੇ ਨਹੀਂ ਆਉਂਦਾ। ਸਾਡਾ ਪ੍ਰਸ਼ਾਸਨ ਸਾਨੂੰ ਕਿਤੇ ਵੀ ਇਹ ਗੱਲ ਦਾ ਸਮਝ ਨਹੀਂ ਦਿੰਦਾ ਵੀ ਹਾਂ ਇਹ ਪ੍ਰਣਾਲੀ ਕੋਲ ਜਾਂ ਕੰਮ ਕੋਲ ਗਲਤੀ ਕੰਮ ਦੇ ਵੱਧ ਹੋਈ ਕਰਕੇ ਹੋਈ ਹੈ, ਪਰ ਸਾਡੇ ਉਸ ਸਾਡੇ ਪ੍ਰਸ਼ਾਸਨ ਦਾ ਪਤਾ ਵੀ ਇਸ ਪ੍ਰਣਾਲੀ ਕੋਲ ਆਪਣੀ ਸੀਟ ਦੇ ਨਾਲ 4 ਸੀਟਾਂ ਦਾ ਵੱਧ ਕੰਮ, ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਅਸੀਂ ਵੱਧ ਕੰਮ ਥੋੜ੍ਹਾ ਕਰ ਰਹੇ ਹਾਂ, ਉਹਦੇ ਵਿੱਚ ਸਾਨੂੰ ਵਾਧੂ ਸਮਾਂ ਦਿੱਤਾ ਜਾਵੇ ਉਹਨੂੰ ਕੰਮ ਕਰਨ ਵਾਸਤੇ। ਜਿਸ ਤਰ੍ਹਾਂ ਪੋਟੇਸ਼ਨ ਦੇ ਵਾਸਤੇ 45 ਦਿਨ ਦਾ ਸਮਾਂ ਨਿਰਧਾਰਤ ਹੋ ਚੁੱਕਿਆ ਮਨਜ਼ੂਰ ਕਰਾਉਣ ਦਾ, ਜੇ ਇੱਕ ਸਰਕਲ ਦਾ 45 ਦਿਨ ਵਿੱਚ ਅਸੀਂ ਕੰਮ ਕਰਾਂਗੇ, ਜੇ ਸਰਕਲ ਹੈ 5 ਨੇ ਤਾਂ 5 ਵਾਲਾ ਸਾਨੂੰ ਉਹਦੇ ਵਾਸਤੇ ਸਮਾਂ ਚਾਹੀਦਾ। ਔਰ ਜਿਹੜਾ ਸਾਡਾ ਮੇਨ ਮੁੱਢ ਸਾਡਾ ਭਰਤੀ ਹੈ, ਸਰਕਾਰ ਭਰਤੀ ਕਰ ਲਈ ਭਰਤੀ, ਜੇ ਸਾਡੇ 3000 ਦੀ ਭਰਤੀ ਹੋ ਜਾਂਦੀ ਆ ਤਾਂ ਸਰਕਾਰ ਨਾਲ ਮੈਂ ਗੱਲਬਾਤ ਕਰਦੀ ਆ, ਤਾਂ ਅਸੀਂ ਸਰਕਾਰ ਦਾ ਕੰਮ ਚਲਾਉਣ ਵਾਸਤੇ ਜਦ ਤੱਕ ਉਹ ਸਾਥੀ ਰੋਜ਼ਗਾਰ ਹੋਣਾ 2 ਸਾਲ ਹੀ ਸਰਕਾਰ ਦਾ ਕੰਮ ਬਿਲਕੁਲ ਕਰਨ ਦਿਆ, ਪਰ ਮਾਤਾ ਦਾ ਜੋ ਰੈਵਨਿਊ ਦੇ ਮਾਸਟਰ ਨਹੀਂ ਬਿਲਕੁਲ ਸਿਰਫ ਸਾਡੇ ਸਹਾਇਕ ਦੇ ਤੌਰ ਤੇ ਸਾਨੂੰ ਕਿਸੇ ਨੇ ਕਿਤਾਬ ਬਣਾ ਦੀ, ਕੋਈ ਸਾਡੇ ਸਾਹਮਣੇ ਬੈਠ ਕੇ ਗੱਲ ਬਣਾ ਦੀ, ਸਰਕਾਰ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ, ਅਸੀਂ ਬਿਲਕੁਲ ਅੱਜ ਮੈਂ ਤੁਹਾਨੂੰ ਇਸ ਗੱਲ ਦਾ ਅਸੀਂ ਦੋਵੇਂ ਜਗ੍ਹਾ 'ਤੇ ਪ੍ਰੋਮਿਸ ਕਰਦੇ ਹਾਂ ਕਿ 21 ਜੂਨ ਤੋਂ ਬਾਅਦ ਤੁਸੀਂ ਪੂਰੇ ਪੰਜਾਬ ਦੇ ਅੰਦਰ ਵਿਜ਼ਿਟ ਕਰ ਸਕਦੇ ਹੋ, ਤੁਹਾਨੂੰ ਸਾਡੇ ਕਿਸੇ ਦਫ਼ਤਰ ਦੇ ਵਿੱਚ ਕੋਈ ਪ੍ਰਾਈਵੇਟ ਦਾ ਬਿਲਕੁਲ ਨਹੀਂ ਹੋਏਗਾ, ਕਿਉਂਕਿ ਅਸੀਂ ਇੱਕ ਸਰਕਲ ਵਾਸਤੇ ਭਰਤੀ ਹੋਏ, ਅਸੀਂ ਕਿਸਾਨਾਂ ਦਾ ਕੰਮ ਕਰਾਂਗੇ, ਔਰ ਅਸੀਂ ਸਰਕਾਰ ਨੂੰ ਇਹ ਵੀ ਮੰਗ ਕੀਤੀ ਹੈ ਪਿਛਲੇ ਟਾਈਮ ਦੇ ਵਿੱਚ ਕਿ ਸ਼ਹਿਰੀ ਸਰਕਲ ਰਹੇ, ਕਿਉਂਕਿ ਸਰਕਲ ਦੇ 2 ਪਾਰ ਹੋ ਜਾਣਗੇ,
1990 ਬਣਨ ਤੋਂ ਬਾਅਦ ਉਹਦੀ ਸਰਕਲ ਦੀ ਨਵੀਂ ਸ਼ਹਿਰੀ ਸਰਕਲ ਦੀ ਸਰਕਲ ਬਣ ਗਈ ਸੀ। ਸਾਡੇ ਮੰਗਾਂ ਵੀ ਜਿਹੜੇ ਸਾਰੇ ਸਰਕਾਰ ਵਿੱਚ ਕੰਮ ਜ਼ਿਆਦਾ ਉੱਥੇ ਪ੍ਰਵਾਲ ਦੇ ਪੋਸਟਾਂ ਦਾ ਜਿਹੜਾ ਤੁਹਾਨੂੰ ਪ੍ਰਵਾਲ ਦੀ ਆਪਣਾ ਮੰਗੀ ਸੀ ਕਰ ਸਕਣ ਅੱਜ ਸ਼ਹਿਰੀ ਸਰਕਲ ਵਿੱਚ ਸੋਚ ਰਹੇ ਹਾਂ ਕਿ ਅਗਰ ਮਤਲਬ पटवारी खत्म हो गई सरकारी गल्लां बातां लेके हुण 3 लाख बच्चे तो इन्होंने हिस्सा भरा दे 2 महीने पेपर होना सी पंजाब दे विच इन्ना क इंफ्रास्ट्रक्चर हैगा सरकारी तौर ते ਇਹ ਘੱਟੋ ਘੱਟ 5 ਲੱਖ ਬੱਚੇ ਦਾ ਤਾਂ ਮੈਂ ਕਹਿੰਦਾ ਵੀ ਕੇ ਟੈਸਟ ਲੈਣ ਦੇ ਵਿੱਚ ਗੱਲ ਆਈ ਤਾਂ ਜਿਹੜਾ ਗੱਲ ਦੇ ਵਿੱਚ ਹੋ ਸਕਦਾ ਇੰਨੀ ਵੀ ਸਰਕਾਰੀ ਇਮਾਰਤਾਂ ਦੇ ਕੋਲ ਮੌਜੂਦ ਨੇ ਪਰ ਸਰਕਾਰ ਕੋਲ ਨਾ ਮੰਨ ਲਾ ਕੇ ਟੈਸਟ ਤੋਂ ਭੱਜ ਗਈ। ਹੁਣ ਜੇ ਅਸੀਂ ਅੱਜ ਮੂਹਰੇ ਆਇਆ ਤਾਂ ਉਹਨਾਂ ਨੇ 8 ਅਗਸਤ ਦਾ ਐਲਾਨ ਕੀਤਾ ਅੱਜ 8 ਅਗਸਤ ਦੇ ਵੀ 2 ਮਹੀਨੇ ਰਹੇ ਫਿਰ ਉਹ ਇਹ ਪਹਿਲਾ ਟੈਸਟ ਹੋਣਾ ਇੱਕ ਟੈਸਟ ਹੋਊਗਾ ਫਿਰ ਮਾਰ ਲੈਣਾ ਕਿ ਸਰਕਾਰ ਦੀ ਨੀਤੀਆਂ ਉਮੀਦ ਨੇ ਇਹ ਬਿਲਕੁਲ ਔਰ ਇਸ ਸਮੇਂ ਦੇ ਵਿੱਚ ਅਸੀਂ ਬਿਲਕੁਲ ਸਰਕਾਰ ਨੂੰ ਚੈਲੇਂਜ ਕਰ ਰਹੇ ਹਾਂ ਕਿ ਅਸੀਂ ਹੜਤਾਲ ਤੇ ਬਿਲਕੁਲ ਨਹੀਂ ਇਹਨੇ ਜੋ ਸਾਡਾ ਲੈਂਡ ਰੇਟ ਨੂੰ ਕਹਿਦਾ ਸੀ ਉਹਨਾਂ ਨਾਲ ਵੀ ਇੱਕ ਸਾਡੇ ਨਾਲ ਸਾਡੇ ਜੁੜੇ ਇੱਕ ਸਾਡੇ ਦਾ ਕੰਮ ਕਰਾਂਗੇ ਔਰ ਇਹ ਸਰਕਾਰ ਨੇ ਨਾਗਰਿਕ ਦਮ ਕਰ ਦਵੇ। ਅੱਜ ਪੰਜਾਬ ਦੇ ਵਿੱਚ ਲਗਭਗ 12,000 12,500 ਪਿੰਡ ਅੱਜ ਸਾਡੇ ਅੰਕੜੇ ਦੇ ਮੁਤਾਬਕ 1800 ਤੋਂ ਉੱਪਰ ਪਿੰਡਾਂ ਦਾ ਕੰਮ ਹੋ ਗਿਆ ਜਿਹਦੇ ਵਿੱਚ ਸ਼ਹਿਰ ਵੀ ਨੇ ਪਿੰਡ ਵੀ ਗਿਆ। ਅਸੀਂ ਬਿਲਕੁਲ ਕੋਈ ਰੈਵਨਿਊ ਦਾ ਕੰਮ ਕਿਉਂਕਿ ਇਹਨਾਂ ਨੇ ਹੁਣ ਰੋਪੜੇ ਸਕੀਮਾਂ ਲਾਗੂ ਬਣਿਆ ਨੇ ਡਰਾਮੇਬਾਜ਼ੀ ਕਰਨੀਆਂ ਚਾਹੇ ਉਹ ਪੈਨਸ਼ਨ ਦਾ ਕੰਮ ਆ ਚਾਹੇ ਵਾਟੇਦਾਰ ਦੇ ਫਾਰਮ ਨੇ ਉਹ ਸਾਰੇ ਸਾਡੇ ਤੋਂ ਉਹਨਾਂ ਨੂੰ ਤਸਦੀਕ ਹੋ ਰਹੀ ਸੀ। ਅਸੀਂ ਬਿਲਕੁਲ ਅੱਜ ਪੰਜਾਬ ਦੇ ਵਿੱਚ ਅਸੀਂ ਕਿਸਾਨ ਜਿਹੜੇ ਨਾਲ ਨੂੰ ਵੀ ਨੰਬਰਦਾਰ ਜਿਹੜੇ ਨਾਲ ਨੂੰ ਵੀ ਅਪੀਲ ਕਰਦੇ ਹਾਂ ਅਸੀਂ ਉਹਨਾਂ ਨੂੰ ਔਰ ਮੁੱਦਾ ਪ੍ਰਦਾਖਾ ਉਹਦੇ ਸਾਹਮਣੇ ਆਊਗਾ ਟਾਇਰ ਕਿ ਸਰਕਾਰ ਮੁੱਦਾ ਪ੍ਰਦਾਖਾ ਦੇ ਵਿੱਚ ਸਾਂਝੇ ਮੁਲਾਜ਼ਮ ਮੰਚ ਵੱਲੋਂ ਇੱਕ ਰੈਲੀ ਕੀਤੀ ਗਈ ਸੀ ਜਿਮਣੀ ਚੋਣ ਵਾਲੇ ਦਿਨ ਤੋਂ ਪੰਜਾਬ ਬੰਦ ਹੋਇਆ ਕੱਲੀ ਸਰਕਾਰ ਮੁੱਦਾ ਪ੍ਰਦਾਖੇ ਦੇ ਵਿੱਚ ਹੀ ਕਿਉਂ ਆ ਰਹੀ ਉੱਥੇ ਕੈਪਟਨ ਸਾਹਿਬ ਦਾ ਚੇਤਾ ਖੜਾ ਸੀ ਬਿਲਕੁਲ ਸਾਰੀ ਮਸ਼ੀਨਰੀ ਝੁੱਕੀ ਹੋਈ ਸੀ ਉੱਥੇ ਮੁਲਾਜ਼ਮਾਂ ਨੇ ਕੀ ਟੁੱਟਦਾ ਪ੍ਰਗਟਾ ਕੇ ਆਪਣੀ ਰੈਲੀ ਕੀਤੀ ਸੀ ਉਸ ਵਿਧਾਨ ਸਭਾ ਹਲਕੇ ਦੇ ਵਿੱਚ ਉੱਥੋਂ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ। ਇਸ ਕਰਕੇ ਅੱਜ ਪੰਜਾਬ ਦਾ ਮੁਲਾਜ਼ਮ ਇਕੱਠਾ ਹੋ ਚੁੱਕਿਆ ਲਾਮਬੰਦ ਹੋ ਚੁੱਕਿਆ ਔਰ ਜਿਹਦੀ ਸ਼ੁਰੂਆਤ ਅਸੀਂ ਪੰਜਾਬ ਪਟਵਾਰੀ ਦੇ ਲੋਕਾਂ ਨੂੰ ਜਿਹੜੇ ਵੱਲੋਂ ਕਰ ਚੁੱਕੇ ਹਾਂ 7 ਜੂਨ ਤੋਂ ਅਸੀਂ ਮਾਲ ਮੰਤਰੀ ਅਤੇ ਵਿੱਤ ਮੰਤਰੀ ਜ਼ਿਲ੍ਹੇ ਤੋਂ ਇਹ ਕੰਮ ਕੀਤਾ ਮੰਗ ਦੇਖੋ ਕਿਸੇ ਵੀ ਪਰਿਵਾਰਿਕ ਲੋਕ ਤੋਂ ਵਾਧੂ ਕੰਮ ਜਿਹੜਾ ਹੈਗਾ ਵਾਧੂ ਕੰਮ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਆ ਜਾ ਸਕਦਾ। ਇਹਦੇ ਵਿੱਚ ਕੋਰਟਾਂ ਵੀ ਕਲੀਅਰ ਨੇ ਔਰ ਸਾਡੀ ਜਥੇਬੰਦੀ ਕਿਸੇ ਗੱਲ ਕਰਕੇ ਬਿਲਕੁਲ ਇਸ ਦੀ ਤਿਆਰੀ ਕਰਦੇ ਹਾਂ। ਜੇ ਡੀਸੀ ਆਈ ਨੋਟਿਸ ਕੱਢਣ ਵਾਸਤੇ ਪਰਿਵਾਰਿਕ ਦਾ ਤਿਆਰ ਬੈਠਾ ਤਾਂ ਡੀਸੀ ਮੈਨੂੰ ਸਾਡਾ ਜਵਾਬ ਦੇਵੇ ਕਿ ਉਹਨੇ ਨਵੀਂ ਭਰਤੀ ਕਰਾਉਣ ਵਾਸਤੇ ਕਿਹੜੇ ਨੋਟਿਸ ਕੱਢਣੇ ਸਰਕਾਰ ਕਿ ਡੀਸੀ ਜਿਹੜਾ ਜ਼ਿਲ੍ਹੇ ਦਾ ਕਲੈਕਟਰ ਆ ਉਹਨੂੰ ਨਹੀਂ ਪਤਾ ਦੁਨੀਆਂ ਦਾ ਬਿਲਕੁਲ ਸੈਡ ਹੋਇਆ ਕਿ ਅਗਰ ਸਾਡੇ ਨਾਲ ਚੱਲਦੇ ਸਾਡਾ ਸਟੇਟ ਪ੍ਰਸ਼ਾਸਨ ਵੀ ਸਾਡੇ ਨਾਲ ਇਹੋ ਜਿਹੀ ਕੋਈ ਉੱਚੀ ਹੈਲਪ ਕਰਦਾ ਤਾਂ ਅਸੀਂ ਸਮੁੱਚਾ ਪੰਜਾਬ ਦੇ ਵਿੱਚ ਪੈਂਡਲ ਕਰ ਰਹੇ ਸੀ ਸਮੁੱਚੇ ਪੰਜਾਬ ਦੇ ਵਿੱਚ ਟੋਟਲ ਕੰਮ ਅਸੀਂ ਬੰਦ ਕਰਕੇ ਉਸ ਅਫਸਰ ਦੇ ਖਿਲਾਫ ਅਣਮਿੱਥੇ ਸਮੇਂ ਦੇ ਅਸੀਂ ਧਰਨਾ ਜ਼ਿਆਦਾ ਵੀ ਕਰਾਂਗੇ ਚਾਹੇ ਕੋਈ ਪੋਲੀਟੀਕਲ ਬੰਦਾ ਹੈ ਜਿਹੜੇ ਚੱਲਦੇ ਵਿਸ਼ਵਾਸ ਦੇ ਸਾਨੂੰ ਤਾਰਾ ਕੋਈ ਗੱਲ ਨਹੀਂ ਕੁਛ ਕਰਦਾ ਤਾਂ ਉਹਨਾਂ ਬਿਲਕੁਲ ਉਹਨੂੰ ਮੂੰਹ ਤੋੜ ਲਗਾ ਦਿੱਤਾ। ਨਵਾਂ ਸਿਸਟਮ ਆ ਗਿਆ ਜਿੱਦਾਂ ਸਾਡਾ ਕੰਮ ਹੈ ਅੱਗੇ ਕੀ ਹੁੰਦਾ ਸੀ ਅੱਗੇ ਫਿਜ਼ੀਕਲ ਵਰਕ ਬਹੁਤ ਜ਼ਿਆਦਾ ਹੁੰਦਾ ਸੀਗਾ ਸਾਰੀਆਂ ਜਿੱਦਾਂ ਡਿਕਟੀਆਂ ਕਰਨੀਆਂ ਸੀ ਹੁਣ ਉਸਕੋ ਕੰਮ ਵੀ ਤਾਂ ਘਟੇਗਾ ਜਿਹੜਾ ਆਨਲਾਈਨ ਕੰਮ ਤੁਸੀਂ ਗੱਲ ਕਰਦੇ ਹੋ ਸਾਡੇ ਲੈਂਡ ਰਿਕਾਰਡ ਸਹਿਰੀ ਬਣੀ ਸੀ 2006 ਤੋਂ ਉਹਨਾਂ ਨੇ ਰਿਕਾਰਡ ਆਪਰੇਸ਼ਨ ਸ਼ੁਰੂ ਕਰਤੀ ਅੱਜ ਪੰਜਾਬ ਦਾ ਸਮੁੱਚਾ ਪਰਿਵਾਰੀ ਕਰ ਲਓ ਜੋ ਟ੍ਰੇਨ ਸਾਨੂੰ ਮਿਲਣੀ ਚਾਹੀਦੀ ਅਸੀਂ ਲੈਂਡ ਰਿਕਾਰਡ ਦਫ਼ਤਰ ਤੋਂ ਲੈ ਚੁੱਕੇ ਹਾਂ ਔਰ ਅਸੀਂ ਪਿਛਲੇ ਲੰਬੇ ਸਮੇਂ ਤੋਂ ਡਿਮਾਂਡ ਕਰ ਰਹੇ ਕਿ ਸਾਨੂੰ ਲੈਪਟਾਪ ਸਹੀਆ ਕਰਾਏ ਜਾਣ ਸਰਕਾਰ ਉਸ ਵਾਸਤੇ ਭੱਜ ਰਹੀ ਆ ਕਿਉਂਕਿ ਉਹਦੇ ਵਿੱਚ ਕੀ ਆ ਇਹਨਾਂ ਦੀਆਂ ਚੇਤੀਆਂ ਕੰਪਨੀਆਂ ਵਿੱਚ ਵੜ ਗਈਆਂ ਨੇ ਜਿਹੜੀਆਂ ਪਹਿਲਾਂ ਅਕਾਲੀ ਸਰਕਾਰ ਵੇਲੇ ਅਕਾਲੀ ਸ਼ੇਅਰ ਹੋਲਡਰ ਸੀ ਹੁਣ ਕਾਂਗਰਸ ਸ਼ੇਅਰ ਹੋਲਡਰ ਨੇ ਔਰ ਪਰੰਤੂ ਅਸੀਂ ਪਿਛਲੇ ਸਮੇਂ ਤੋਂ ਜਦੋਂ ਯਾਦ ਕਰਕੇ ਜਿਹੜਾ ਫਤਿਹਗੜ੍ਹ ਸਾਹਿਬ ਦੀ ਬਰਾਸ ਕਰਨ ਦੇ ਰਹੇ ਨੇ ਉੱਥੇ ਅਸੀਂ ਪਰਿਵਾਰੀ ਕਰਨ ਕੋਲ ਸਰਕਾਰ ਤੋਂ ਜਿਹੜਾ ਸਾਫਟ ਮਿਲਿਆ ਉਹ ਲੈਣ ਦੇ ਵਿੱਚ ਕਾਮਯਾਬ ਹੋਇਆ ਔਰ ਜਦੋਂ ਵੀ ਉਹਦੇ ਤਰੀਕੇ ਨਾਲ ਉਸ ਕੰਮ ਦੇ ਕੰਮ ਚੱਲ ਰਹੇ ਆ ਅਸੀਂ ਉਸ ਸਪੈਕਟਰ ਨੇ ਸਰਕਾਰ ਤੋਂ ਮੰਗ ਕੀਤੀ ਆ ਕਿ ਸਾਨੂੰ ਸਮੁੱਚੇ ਪੰਜਾਬ ਦੇ ਪਰਿਵਾਰੀ ਕਰਨ ਵੱਲੋਂ ਲੈਪਟਾਪ ਮਹੱਈਆ ਕਰਾਏ ਜਾਣ ਤਾਂ ਜੋ ਅਸੀਂ ਆਨਲਾਈਨ ਕੰਮਾਂ ਸੀ ਆਪਾਂ ਕਿਉਂ ਤਾਂ ਬੈਠੇ ਖਰਚ ਕੀ ਅੱਜ ਅਸੀਂ ਉਹਨੂੰ ਫਾਇਦੇ ਕਿਵੇਂ ਲੈ ਲਿਆ ਪਹਿਲੀ ਗੱਲ ਤਾਂ 9 ਤੋਂ 5 ਟਾਈਮ
जो साढ़े को सॉफ्टवेयर होगा साढ़े को लैपटॉप होगा असं कि बैठे भी कम कर सकते पावर की नैटवर्क वाली घटेगी और छोटे छोटे काम वास्ते साढ़े चक्कर लगने पैने जब परिवारी का कम जाएंगे टेबल के उपर लैपटॉप टिका होगा फिर अपना काम कर सकते असं काम कर सकते मेरे को इस करके ऑनलाइन करके लोगों की नैटवर्क वाली पढ़ाई है घटी है देखो सर कर काम घटना रहेगा बिल्कुल ही घटना पिछले टाइम में देखो कि बैंक लोन किन्ने बंदे लेंगे साढ़े को सीजनल काम से हर ही समझ जो बोल रहे हैं फसल तो बाद काम शुरू होता है फिर खाली होने जो लगा हूँ सारा साल सर्टिफिकेट बन रहे हैं कि परिवारी का काम ऑनलाइन तो बाद बढ़िया बिल्कुल नहीं घटा है ट्रांजेक्शन इन्नी ज़्यादा बढ़ गई दो मरले तीन मरले तक ट्रांजेक्शन हो गए मरले मरले तक ट्रांजेक्शन हो गई है इस करके ये पॉपुलेशन में जो काम भी बढ़िया मैं हरवीर सिंह ढिंसा सूबा प्रधान की रेवन्यू परिवार यूनियन पंजाब साडा मेन मुद्दा रेवन्यू डिपार्टमेंट के अच्छे 3000 असामी पटवारी की खाली है पटवारी कारण को वाधू काम कर रहे हैं जिसे तौर पर उन्होंने मानसिक तौर की परेशानियों का सामना करना पै रहा और सरकार साढ़िया हकी मंगा लागू नहीं कर रही जिसे संबंध में असी साढ़े 900 पटवारी जोड़ा भर्ती होया पिछले समय के उन्होंने परख समय के नाव के उपर उन्होंने शोषण किया जा रहा घट तनखाह देकर सब तो लंबी साड़ी ट्रेनिंग है 1.5 साल जो साड़ी सर्विस का पार्ट नहीं मन रहे 10 दिसंबर को मानयोग TPSC पंजाब वालों वो जी सोध है वो लागू कर दी गई है पर फाइनेंस डिपार्टमेंट साड़ियों मंगा तो अनाक नहीं कर रहा और साढ़े इको समय भर्ती पटवारी कानक 96 जो सीनियर स्किल बंद हो तनखा के 10 से 15 हज़ार का पाड़ा पाया जा रहा साढ़े कानको साहबान नैब सकीलदार की भर्ती वास्ते 50% कोटा दिता जा रहा जिंद की मंग है कि 100% सू नैब सकीलदार कोटा दिता जाए और साढ़े डिपार्टमेंट के पूरी भर्ती की जाए पंजाब के शहरीकरण होने शहरी सड़क वाला काम बहुत वीड्डी पद्धर से बढ़ चुका जिमें पंजाब के नवी तहसील और जिले होंद आए हैं नवे सिरे तो शहरी सड़कों की सर्कलबंदी करके सर्कल छोटे किए जा पटवारी कानून अपना सही काम कर सकन और कानून दसामिया जड़िया ने 7 परिवार सर्कलों में कीतिया जाए यह साड़िया मेन मंगा ने जिसे संबंध में अज 21 जून तो समुचे पंजाब 6800 पिंड का जोड़ा काम है बंद हो चुका डिपार्टमेंट भी मन चुके फाइनेंस डिपार्टमेंट नाल संबंधित ने यह जो फैसला किसी एक जिले का नहीं है समुचे पंजाब के पटवारी और कानको 7 जून तो जिला बठिंडा तो वाधू सड़कों का काम बंद होया 15 जून तो फरीदकोट डिवीजन और अच्छ समुचा जो पंजाब आ वो वाधू सड़कों का काम बंद कर चुका देखो जी जनता जो परेशानी आ रही है मकसद है बेरोजगारी दूर करना रोजगार दिलाना जनता को परेशानी बिल्कुल आऊगी ये पर सरकार भी आपके चेहत्या ही भर्ती कर रही है अज देखो MLA के बच्चों नौकरी देने वास्ते सरकार कैबिनेट के सोधा कर रही है जो कि बहुत ही मंदभागियां ने पे कमीशन की रिपोर्ट लागू हुई है पहला लंबा संघर्ष करके लागू कर रहे हैं और है कुछ नहीं कढ़न पाउण इस करके जो मुलाजम ने वह मुलाजम भी पूरे अक के मतलब फैसला लिया और लोगों के हित वास्ते फैसला लिया क्योंकि लोगों को परेशानी आती है एक पटवारी को 5-5 सीटों का काम है लोगों का जोड़ा काम है वो डिले हो रहा सरकार 4.5 साल तो भर्ती नहीं कर रही नारेबाजी कर रही है मेरी पब्लिक को अपील आ कि असी भर्ती वास्ते संघर्ष कर रहे हैं साढ़े डिपार्टमेंट के पूरी भर्ती होता तो लाभ भी पब्लिक को होगा 2016 फ्रंट पंजाब सांझियां मंगां दे उपर लैके साडा डिपार्टमेंट असीं आने वाले दिनों दे विच
ਜ਼ਿਲ੍ਹਾ ਪੱਧਰੀ ਰੋਸ ਧਰਨੇ ਪੰਜਾਬ ਪੱਧਰੀ ਰੈਲੀਆਂ ਉਹ ਸਮੁੱਚਾ ਕੰਮ ਅਸੀਂ ਬੰਦ ਕਰਨ ਦੀ ਸੋਚ ਰਹੇ ਹਾਂ ਸੋਚਾਂਗੇ ਔਰ ਅਸੀਂ ਪੂਰਾ ਇਸ ਸਰਕਾਰ ਦੇ ਨੱਕ ਦੇ ਵੀ ਦਮ ਕਰਕੇ ਮਤਲਬ ਕਿ ਇਸ ਵਾਰ ਜੋ ਵੀ ਹੋ ਜਾਵੇ ਤੁਸੀਂ ਜਿਹੜਾ ਆਪਣੀ ਸਟ੍ਰਾਈਕ ਆ ਜਾਂ ਜੋ ਤੁਸੀਂ ਵਾਧੂ ਸੈਕਟਰਾਂ ਦਾ ਕੰਮ ਹੈ ਉਹ ਨਹੀਂ ਕਰਨਾ ਬਿਲਕੁਲ ਨਹੀਂ ਕਰਨਾ ਜੀ ਜਦ ਤੱਕ ਸਾਡੀ ਭਰਤੀ ਨਹੀਂ ਹੁੰਦੀ ਪੂਰੀ ਸਾਡੀਆਂ ਮੰਗਾਂ ਲੱਗਦੀਆਂ।